ਸਤਿ ਸ਼੍ਰੀ ਅਕਾਲ ਦੋਸਤੋ, ਪਿਛੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ 4JJ ਵਿੱਚ। ਪਿੰਡ 4JJ ਤਹਿਸੀਲ ਪਦਮਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ ਦਾ ਪਿੰਡ ਹੈ। ਇਹ ਗੰਗਾਨਗਰ ਤੋਂ 52 ਕਿਲੋਮੀਟਰ, ਪਦਮਪੁਰ ਤੋਂ 12 ਕਿਲੋਮੀਟਰ, ਰਾਏ ਸਿੰਘ ਨਗਰ ਤੋਂ 24 ਕਿਲੋਮੀਟਰ, ਗਜ ਸਿੰਘਪੁਰ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਵਸਿਆ ਹੋਇਆ ਹੈ। ਇਸ ਪਿੰਡ ਦੇ ਇਤਿਹਾਸਿਕ ਪਿਛੋਕੜ ਦੀ ਕਹਾਣੀ ਬੜੀ ਰੌਚਕ ਹੈ, ਕਿਉਂਕਿ ਇਹ ਪਿੰਡ ਤੋਂ ਬੜਾ ਕੁਝ ਸਿੱਖਣ ਦੀ ਲੋੜ ਹੈ। 4JJ ਪਿੰਡ ਕੋਈ ਬਹੁਤ ਜ਼ਿਆਦਾ ਪੁਰਾਣਾ ਪਿੰਡ ਨਹੀਂ ਹੈ। ਇਹ ਪਿੰਡ 1947 ਦੀ ਵੰਡ ਦੇ ਉਜਾੜਿਆਂ 'ਚੋਂ ਨਿਕਲਿਆ ਹੋਇਆ ਪਿੰਡ ਹੈ। ਗੱਲ ਕਰੀਏ ਇਸ ਪਿੰਡ ਦੇ 4JJ ਨਾਮ ਦੀ, ਤਾਂ ਗੰਗ ਨਹਿਰ ਆਉਣ ਮਗਰੋਂ ਹੋਈ ਚੱਕਬੰਦੀ ਦੇ ਆਧਾਰ 'ਤੇ ਇਸ ਪਿੰਡ ਦਾ ਨਾਮ ਮੋਗੇ ਦੇ ਨਾਮ 'ਤੇ 4JJ ਪਿਆ। ਪਹਿਲਾਂ ਇਹ ਏਰੀਆ ਖਾਲੀ ਸੀ ਅਤੇ ਇੱਕਾ ਦੁੱਕਾ ਲੋਕ ਇੱਥੇ ਢਾਣੀਆਂ ਦੇ ਵਿੱਚ ਰਹਿੰਦੇ ਸਨ। 1947 ਦੀ ਵੰਡ ਹੋਈ ਤਾਂ ਉਜਾੜੇ ਪੈ ਗਏ, ਇੱਧਰੋਂ ਲੋਕ ਉੱਧਰ ਗਏ ਅਤੇ ਉੱਧਰੋਂ ਇੱਧਰ ਆਏ। ਲਹਿੰਦੇ ਪੰਜਾਬ ਦੇ ਜ਼ਿਲ੍ਹਾ ਝੰਗ ਦੇ ਪਿੰਡ ਨਿੱਕਾ ਦੁਲਤਾਣਾ ਅਤੇ ਰਾਮੇਆਣਾ ਦੇ ਸੇਠ ਬਣੀਆਂ ਬਣਾਈਆਂ ਦੁਕਾਨਾਂ ਨੂੰ ਛੱਡ ਕੇ ਮੁੜ ਸੇਬੇ ਵੱਲ ਨੂੰ ਚੱਲ ਪਏ। 4JJ ਦੇ ਚੱਕ ਵਿਖੇ ਆਣ ਜ਼ਮੀਨ ਖਰੀਦੀ। ਇਸ ਪਿੰਡ ਦਾ 40 ਕੁ ਮੁਰੱਬੇ ਰਕਬਾ ਵਾਹੀਯੋਗ ਹੈ ਅਤੇ 1 ਮੁਰੱਬਾ ਰਿਹਾਇਸ਼ੀ ਹੈ। ਪਿੰਡ ਆਬਾਦੀ ਪੱਖੋਂ ਛੋਟਾ ਹੈ, ਤਕਰੀਬਨ 1000 ਕੁ ਆਬਾਦੀ ਹੈ ਪਿੰਡ ਦੀ। ਗੱਲ ਕਰੀਏ ਸ਼ੁਰੂਆਤੀ ਦਿਨਾਂ ਦੀ, ਤਾਂ 1947 ਦੀ ਵੰਡ ਵੇਲੇ ਇੱਥੇ ਆਏ ਬਜ਼ੁਰਗਾਂ ਨੇ ਸਭ ਤੋਂ ਪਹਿਲਾਂ ਬੱਚਿਆਂ ਦੀ ਪੜ੍ਹਾਈ ਲਈ ਪ੍ਰਬੰਧ ਕਰਨੇ ਸ਼ੁਰੂ ਕੀਤੇ। ਅਤੇ ਬੜੀ ਵੱਡੀ ਗੱਲ ਹੈ ਕਿ 1947-48 ਵਿੱਚ ਹੀ ਇਸ ਪਿੰਡ ਵਿੱਚ ਸਰਕਾਰੀ ਮਿਡਲ ਸਕੂਲ ਬਣ ਗਿਆ। ਦੱਸਦੇ ਹਨ ਕਿ 1947-48 ਵਿੱਚ ਸਰਕਾਰੀ ਸਕੂਲ 4JJ ਵਿੱਚ ਅਤੇ ਜਾਂ ਪਦਮਪੁਰ ਵਿੱਚ ਹੁੰਦਾ ਸੀ। ਪਿੰਡ ਵਾਸੀ ਦੱਸਦੇ ਹਨ ਕਿ ਜਦੋਂ ਕੋਈ ਸਰਕਾਰੀ ਅਫਸਰ ਜਾਂ ਨੇਤਾ ਨੇ ਪਿੰਡ ਵਿੱਚ ਆਉਣਾ ਤਾਂ ਪਿੰਡ ਵਾਸੀਆਂ ਨੇ ਹਮੇਸ਼ਾ ਇੱਕ ਹੀ ਮੰਗ ਰੱਖਣੀ, ਉਹ ਸੀ ਐਜੂਕੇਸ਼ਨ। 4JJ ਪਿੰਡ ਦੇ ਸਰਕਾਰੀ ਸਕੂਲ ਦੀ ਨੀਂਹ ਸ਼ਾਮ ਸੁੰਦਰ ਮਹਾਰਾਜ ਜੀ ਨੇ ਰੱਖੀ ਅਤੇ ਹਮੇਸ਼ਾ ਸਕੂਲ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਦਿੱਤਾ। ਪਿੰਡ 4JJ ਵਿੱਚ 1970 ਵਿੱਚ ਸੈਕੰਡਰੀ ਅਤੇ 1990 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ। ਸ਼ੁਰੂਆਤ ਸੌਖੀ ਨਹੀਂ ਸੀ, ਪਰ ਨੀਂਹ ਮਜ਼ਬੂਤ ਸੀ, ਕਿਉਂਕਿ ਇਸ ਪਿੰਡ ਦੀ ਨੀਂਹ ਐਜੂਕੇਸ਼ਨ ਦੇ ਸਿਰ 'ਤੇ ਰੱਖੀ ਗਈ ਸੀ। ਆਓ ਅੱਗੇ ਦਿਖਾਉਂਦੇ ਹਾਂ ਕਿ ਇਸ ਨੀਂਹ 'ਤੇ ਕੀ ਕੁਝ ਬਣ ਕੇ ਤਿਆਰ ਹੋਇਆ। ਸਭ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੋ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਇੰਨਾ ਵੱਡਾ ਸਕੂਲ ਹੋਣਾ ਮਾਣ ਵਾਲੀ ਗੱਲ ਹੈ। ਸਕੂਲ ਸਟਾਫ ਬਹੁਤ ਮਿਹਨਤੀ ਹੈ, ਜੋ ਕਿ ਬੱਚਿਆਂ ਨੂੰ ਸੁਨਹਿਰੇ ਭਵਿੱਖ ਵੱਲ ਲੈ ਕੇ ਜਾ ਰਿਹਾ ਹੈ। ਪਿੰਡ ਵਿੱਚ ਕੋਆਪਰੇਟਿਵ ਸੁਸਾਇਟੀ ਹੈ, ਜਿੱਥੇ ਸਰਕਾਰੀ ਸਹੂਲਤਾਂ ਉਪਲਬਧ ਹਨ।
ਪਿੰਡ ਵਿੱਚ ਸ਼ਹਿਰਾਂ ਵਾਂਗ ਬਹੁਤ ਵੱਡਾ ਸੁਪਰ ਸਟੋਰ ਹੈ ਜਿੱਥੇ ਹਰ ਜ਼ਰੂਰੀ ਵਸਤੂ ਉਪਲਬਧ ਹੈ। ਅੰਦਰੋਂ ਕਿਸੇ ਵੱਡੇ ਮਾਲ ਦੀ ਤਰ੍ਹਾਂ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸਹਿਕਾਰੀ ਸਮਿਤੀ ਦਾ ਦਫ਼ਤਰ ਦੇਖ ਕੇ ਹੈਰਾਨ ਹੋ ਜਾਈਦਾ ਕਿ ਇੱਕ ਪਿੰਡ ਵਿੱਚ ਇੰਨਾ ਵਿਕਾਸ। ਇਸ ਤੋਂ ਇਲਾਵਾ ਪੋਸਟ ਆਫਿਸ, ਪਿੰਡ ਵਿੱਚ ਆਂਗਣਵਾੜੀ ਸੈਂਟਰ, ਆਯੁਰਵੈਦਿਕ ਡਿਸਪੈਂਸਰੀ, ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਵੀ ਬਣੀ ਹੋਈ ਹੈ। ਧਾਰਮਿਕ ਪੱਖੋਂ ਵੀ ਪਿੰਡ ਵਾਸੀਆਂ ਦਾ ਗੁਰੂ ਘਰ ਵਿੱਚ ਬਹੁਤ ਵਿਸ਼ਵਾਸ ਹੈ। ਪਿੰਡ ਵਿੱਚ ਗੁਰੂ ਘਰ ਅਤੇ ਇਸ ਤੋਂ ਇਲਾਵਾ ਪਿੰਡ ਦੇ ਬਾਹਰਲੇ ਪਾਸੇ ਸ਼ਾਮ ਕੁਟੀਆ ਹੈ ਜਿੱਥੇ ਸਾਲ ਵਿੱਚ ਦੋ ਵਾਰ ਮੇਲਾ ਲੱਗਦਾ ਹੈ ਅਤੇ ਪਿੰਡ ਵਾਸੀਆਂ ਦੀ ਅਥਾਹ ਸ਼ਰਧਾ ਹੈ। ਇਸ ਪਿੰਡ ਦੇ ਵਿੱਚ ਮੁੱਖ ਤੌਰ 'ਤੇ ਅਰੋੜਾ ਬਰਾਦਰੀ ਹੈ। ਇੱਥੇ ਚਾਵਲਾ, ਬੱਤਰਾ ਅਤੇ ਪਾਵਾ ਗੋਤ ਦੇ ਜ਼ਿਆਦਾ ਲੋਕ ਵੱਸਦੇ ਹਨ। ਇੱਥੋਂ ਦੇ ਜ਼ਿਆਦਾਤਰ ਲੋਕ ਨੌਕਰੀ ਪੇਸ਼ਾ ਹਨ ਜਾਂ ਆਪੋ ਆਪਣੇ ਕਾਰੋਬਾਰ ਕਰਦੇ ਹਨ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਪਿੰਡ ਦੀ ਸ਼ੁਰੂਆਤ ਸਮੇਂ ਹੀ ਪਿੰਡ ਵਾਸੀਆਂ ਨੇ ਇੱਥੇ ਸਕੂਲ ਬਣਵਾਇਆ, ਤਾਂ ਇੱਥੋਂ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਹੀ ਇੱਥੋਂ ਦੇ ਬੱਚਿਆਂ ਨੇ ਖੂਬ ਤਰੱਕੀ ਕੀਤੀ ਹੈ। ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਡਾਕਟਰ ਸੂਰਜ ਚਾਵਲਾ ਜੀ ਗੁਰੂਗ੍ਰਾਮ ਵਿੱਚ, ਡਾਕਟਰ ਅਮਿਤ ਚਾਵਲਾ ਵੈਟਨਰੀ ਡਾਕਟਰ, ਡਾਕਟਰ ਓਮ ਪ੍ਰਕਾਸ਼ ਚਾਵਲਾ ਵੈਟਨਰੀ ਡਾਕਟਰ, ਡਾਕਟਰ ਬੀ ਕੇ ਚਾਵਲਾ ਹਨੂਮਾਨਗੜ੍ਹ ਵਿੱਚ, ਡਾਕਟਰ ਰੇਸ਼ਮ ਸਿੰਘ ਚੰਡੀਗੜ੍ਹ ਵਿਖੇ, ਡਾਕਟਰ ਦਰਸ਼ਨ ਬਿਆਣਾ ਜੀ ਬੀਕਾਨੇਰ ਵਿਖੇ, ਡਾਕਟਰ ਰਿਧੀ ਚਾਵਲਾ ਜੀ SMS ਜੈਪੁਰ ਵਿਖੇ, ਡਾਕਟਰ ਚੰਦਨ ਚਾਵਲਾ ਵੈਟਨਰੀ ਡਾਕਟਰ ਦੇ ਅਹੁਦਿਆਂ 'ਤੇ ਅਤੇ ਹੋਰ ਬਹੁਤ ਸਾਰੇ ਇੱਥੋਂ ਦੇ ਪੜ੍ਹੇ ਲਿਖੇ ਬੱਚੇ ਸਰਕਾਰੀ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਹ ਸਾਰਾ ਕੁਝ ਸਿਰਫ ਚੰਗੀ ਐਜੂਕੇਸ਼ਨ ਦੀ ਨੀਂਹ 'ਤੇ ਹੀ ਸੰਭਵ ਹੈ। ਦੋਸਤੋ, ਇਸ ਪਿੰਡ ਬਾਰੇ ਸਾਨੂੰ ਸਾਬਕਾ ਸਰਪੰਚ ਹਰੀਕਿਸ਼ਨ ਚਾਵਲਾ ਜੀ ਅਤੇ ਰਜਿੰਦਰ ਕੁਮਾਰ ਚਾਵਲਾ ਜੀ ਨੇ ਜਾਣਕਾਰੀ ਮੁਹੱਈਆ ਕਰਵਾਈ। ਦੋਸਤੋ, ਵੀਡੀਓ ਨੂੰ ਦੇਖਣ ਉਪਰੰਤ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਸਾਨੂੰ ਇੱਕ ਐਜੂਕੇਸ਼ਨ ਦਾ ਮਹੱਤਵ ਸਮਝ ਆ ਸਕੇ ਕਿ ਜਿੱਥੇ ਐਜੂਕੇਸ਼ਨ ਹੁੰਦੀ ਹੈ, ਜਿੱਥੇ ਪੜ੍ਹਾਈ ਹੁੰਦੀ ਹੈ, ਉੱਥੇ ਜਿਹੜਾ ਵਿਕਾਸ ਉਹ ਆਪਣੇ ਆਪ ਹੁੰਦਾ ਹੈ। ਦੋਸਤੋ, ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ। ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook 'ਤੇ ਸਾਨੂੰ ਫੋਲੋ ਜ਼ਰੂਰ ਕਰਿਓ। ਧੰਨਵਾਦ।